ਸਦਾ ਸਿੰਘਾਂ ਨੇ ਖੂਨ ਨਾਲ ਚੱਠ ਕੀਤੀ ਉਹ ਟਾਏ ਪੱਲਾ ਸਰਕਾਰਾਂ ਨੇ ਜ਼ੁਲਮ ਟਾਏ ਸਾਡੇ ਨਾਲ ਦੱਸੋ ਕਿਹਨੇ ਕੱਟ ਕੀਤੀ ਉਹ ਮਾਸ ਸਾਡਾ ਮਾਸ ਸਾਡਾ ਮਾਸ ਸਾਡਾ ਜਮੂਰਾ ਨਾ ਤੋੜ ਖਾਦਾ ਜਿਹਨੇ ਪੀਤੀ ਬਸ ਸਿੰਘਾਂ ਦੀ ਰੱਤ ਪੀਤੀ ਉਹ ਮੱਖਣ ਬਰੜਾ ਖਾਲਸੇ ਬਖਸ਼ਿਆ ਨਹੀਂ ਹਰਿਮੰਦਰ ਸਾਹਿਬ ਵੱਲ ਜਿਹਨੇ ਮੈਲੀ ਅੱਖ ਕੀਤੀ ਹਰਿਮੰਦਰ ਸਾਹਿਬ ਵੱਲ ਜਿਹਨੇ ਮੈਲੀ ਅੱਖ ਕੀਤੀ ਪਰਮ ਸਤਿਕਾਰਯੋਗ ਸਿੱਖ ਸੰਗਤਾਂ ਸਭ ਤੋਂ ਪਹਿਲਾਂ ਗੁਰਫਤਿਹ ਸਾਂਝੀ ਕਰੀਏ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਲੱਗੇ ਹਾਂ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਕਿ ਰੋਟਿਆਂ ਦੇ ਵਿੱਚ ਜਨਮ ਲੈ ਕੇ ਅਤੇ ਸਿੱਖਾਂ ਨੂੰ ਸੁੱਤੀ ਹੋਈ ਕੌਮ ਨੂੰ ਜਗਾਉਣਾ ਕੀਤਾ ਉਹਨਾਂ ਦੇ ਸਮਿਆਂ ਦੇ ਵਿੱਚ ਗੁਰਮੁਖੋ ਬੱਚਾ ਬੱਚੀ ਨੇ ਅੰਮ੍ਰਿਤ ਪਾਨ ਕੀਤਾ ਜਿਹੜੇ ਸਾਡੇ ਕੁਝ ਪੰਜਾਬ ਦੇ ਮਸਲੇ ਸਨ ਸਰਕਾਰ ਦੇ ਅੱਗੇ ਰੱਖੇ ਅਤੇ ਕੁਝ ਸਾਡੇ ਸਰਕਾਰ ਦੇ ਸਾਡੇ ਪੰਜਾਬ ਦੇ ਆਗੂ ਵੀ ਕੁਝ ਤਲਖੀ ਮੰਨਣ ਲੱਗੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਅਤੇ ਤਾਰਾਂ ਖੜਕੀਆਂ ਨੇ ਦਿੱਲੀ ਤੱਕ ਆਓ ਉਹਨਾਂ ਦੇ ਜੀਵਨ ਦੇ ਇੱਕ ਝਲਕ ਉਹਨਾਂ ਦੀ ਜੀਵਨ ਤੇ ਇੱਕ ਕਵਿਤਾ ਜਿਵੇਂ ਸ਼ਹਿਰ ਨੇ ਲਿਖੀ ਆ ਸਾਹੋ ਕਿਆਂ ਵਾਲੇ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਨੇਕ ਪਰਚਿਤਾ ਧਰਮ ਨੂੰ ਲੱਗਣ ਦੇਣ ਨਾ ਲੀਕ ਉਹਨਕਾ ਨਾ ਜਗ ਵਿੱਚ ਰਹੇ ਰਹਿੰਦੀ ਦੁਨੀਆਂ ਤੀਕ ਜੋਗਿੰਦਰ ਸਿੰਘ ਦੇ ਘਰ ਵਿੱਚ ਜਨਮ ਲੈ ਕੇ ਮਾਤਾ ਨਿਹਾਲ ਕੌਰ ਦੀ ਕੁੱਖ ਨੂੰ ਭਾਗ ਲਾਇਆ ਸੰਨ 47 ਵਿੱਚ ਸੁਣ ਲੋ ਖਾਲਸਾ ਜੀ 20ਵੀਂ ਸਦੀ ਦਾ ਬਣ ਜਰਨੈਲ ਆਇਆ ਉਹ ਮਾਤਾ ਪਿਤਾ ਸੀ ਜਦ ਕੋਈ ਕੰਮ ਕਹਿੰਦੇ ਮੰਨ ਲੈਂਦਾ ਸੀ ਰੱਬੀ ਫਰਮਾਨ ਯੋਧਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਨਮਿਆ ਰੋਟਿਆਂ ਦੇ ਵਿੱਚ ਮਹਾਨ ਯੋਧਾ ਬਾਰਵੇਂ ਮੁਖੀ ਟਕਸਾਲ ਦੇ ਬ੍ਰਹਮ ਗਿਆਨੀ ਕਥਾ ਕਰਨ ਸੀ ਰੋਡਿਆਂ ਵਿੱਚ ਆਉਂਦੇ ਜਥੇ ਸਮੇਤ ਪ੍ਰਸ਼ਾਦਾ ਛਕਣ ਦੇ ਲਈ ਜਾ ਕੇ ਸਿੱਖਾਂ ਦੇ ਘਰਾਂ ਨੂੰ ਭਾਗ ਲਾਉਂਦੇ ਉਹ ਬਾਪੂ ਜੋਗਿੰਦਰ ਸਿੰਘ ਜੀ ਦੀ ਬੇਨਤੀ ਮੰਨ ਕੇ ਤੇ ਲੱਗੇ ਪ੍ਰਸ਼ਾਦਾ ਛਕਣ ਛਕਾਣੇ ਉਹਦਾ ਗੱਜ ਤੇ ਦਿੱਲੀ ਪਈ ਕੰਬਦੀ ਸੀ ਜਰਮਿਆਂ ਰੋਟਿਆਂ ਦੇ ਵਿੱਚ ਮਹਾਨ ਯੋਧਾ ਪ੍ਰਸ਼ਾਦਾ ਮੁੱਖ ਚੋਂ ਕਹਿਣ ਲੱਗੇ ਜੋਗਿੰਦਰ ਸਿੰਘ ਜੀ ਕਿੰਨੇ ਨੇ ਬਾਲ ਤੇਰੇ ਜਦੋਂ ਦੱਸਿਆ ਅੱਗੋਂ ਫਿਰ ਕਹਿਣ ਲੱਗੇ ਇੱਕ ਭੇਜ ਦੇ ਟਕਸਾਲ ਵਿੱਚ ਨਾਲ ਮੇਰੇ ਉਹ ਜਿਹੜਾ ਦੇਵੇਗਾ ਗੁਰੂ ਦੀ ਨਾਲ ਕਿਰਪਾ ਅਸੀਂ ਲੱਗੇ ਹਾਂ ਭਾਗ ਜਗਾਣੇ ਉਹਦਾ ਜਿਸ ਦੀ ਗਰਜ ਤੇ ਦਿੱਲੀ ਪਈ ਕੰਬਦੀ ਸੀ ਜਰਮਿਆਂ ਰੋਟਿਆਂ ਦੇ ਵਿੱਚ ਮਹਾਨ ਯੋਧਾ ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਸ਼ੋ ਤੁਹਾਡੇ ਨੇ ਹੈਨ ਸਾਰੇ ਜਿਹੜਾ ਮਰਜ਼ੀ ਤੁਸੀਂ ਜੀ ਲੈ ਜਾਵੋ ਤੁਹਾਡੀ ਕਿਰਪਾ ਨਾਲ ਤੁਸਾਂ ਦੇ ਹੈਨ ਸਾਰੇ ਉਹ ਸ਼ਰਧਾ ਨਾਲ ਟਕਸਾਲ ਦੀ ਕਰੂ ਸੇਵਾ ਕੋਈ ਹੋਊ ਨਾ ਤੁਸਾਂ ਤੇ ਸਾਨ ਯੋਧਾ
ਦੀ ਗਰਜ ਤੇ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਾਂ ਦੇ ਵਿੱਚ ਮਹਾਨ ਜੋਧਾ ਮੁਖੀ ਤੇਰਵੇਂ ਬਣੇ ਟਕਸਾਲ ਦੇ ਸੀ ਸੰਤ ਕਰਤਾਰ ਸਿੰਘ ਜੀ ਜਿਹਨੂੰ ਕਹਿਣ ਸਾਰੇ ਕਥਾ ਵਾਚਕ ਵਿਦਵਾਨ ਕਮਾਲ ਦੇ ਸੀ ਉਹ ਦੇਣੀ ਅੱਗੇ ਹੈ ਸੇਵਾ ਜਰਨੈਲ ਸਿੰਘ ਨੂੰ ਸਦਾ ਰੱਖਦੇ ਆਪ ਲਈ ਧਿਆਨ ਉਹਦਾ ਜਿਸ ਦੀ ਗਰਜ ਤੇ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਜੋਧਾ ਸੱਚ ਖੰਡ ਨੂੰ ਪਿਆਨਾ ਕਰ ਦਿੱਤਾ ਤਾਜ ਤਕ ਟਕਸਾਲ ਦਾ ਭਾਈ ਜਰਨੈਲ ਸਿੰਘ ਦੇ ਜਾਣ ਲੱਗਿਆ ਸੀਸ ਤੇ ਤਰ ਦਿੱਤਾ ਉਹ ਕਹਿੰਦੀਆਂ ਬਾਲਿਆ ਲੈ ਲਈ ਤੂੰ ਆਪ ਸੇਵਾ ਸਭ ਤੋਂ ਪਹਿਲਾਂ ਸੀ ਇਹੀ ਪਿਆਰ ਉਹਦਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਜੋਧਾ ਖਾਲਸਾ ਜੀ ਜ਼ਿੰਮੇਵਾਰੀ ਨਾਲ ਫਰਜ਼ ਨਿਭਾਉਣ ਲੱਗੇ ਇਸੀ ਸਰਗਰਮੀ ਨਾਲ ਸਿੱਖੀ ਪ੍ਰਚਾਰ ਕਰਦੇ ਪੰਥ ਦੋਕੀਆਂ ਨੂੰ ਸੀ ਉਹ ਪਾਉਣ ਲੱਗੇ ਉਹ ਚੜ੍ਹਦੀ ਕਲਾ ਸੀ ਦਿਲਾਂ ਦੇ ਵਿੱਚ ਹੋ ਗਈ ਹਰਤਾ ਕਰਦੇ ਸੀ ਸਿੱਖ ਸਨਮਾਨ ਉਹਦਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਜੋਧਾ ਤਾੜੇ ਰਖਵਾ ਕੇ ਪ੍ਰੇਰਦੇ ਸੀ ਕਲਗੀ ਧਰ ਦੀ ਸਿੱਖੀ ਵਧਾਉਣ ਲੱਗੇ ਇੱਕ ਦਿਨ ਅੰਮ੍ਰਿਤ ਛਕਾ ਕੇ ਤੇ 10,000 ਤਾਈਂ ਸਿੰਘ ਸਜਾਉਣ ਲੱਗੇ ਉਹ ਸਿੱਖੀ ਉਲਟ ਜੋ ਸੀ ਕੂੜ ਪ੍ਰਚਾਰ ਕਰਦਾ ਮਿੰਟਾਂ ਵਿੱਚ ਸੀ ਤੋੜਦਾ ਮਾਨ ਉਹਦਾ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਜੋਧਾ ਟਾਂਗ ਦੀਆਂ ਖਾਲਸਾ ਜੀ ਕੌਮ ਖਾਤਰ ਭਮਕਾਂ ਮਾਰ ਕੇ ਜਦੋਂ ਸੀ ਹੰਬ ਜਾਂਦੇ ਸੁਣ ਕੇ ਅੱਗੋਂ ਲਲਕਾਰ ਜਦ ਮਾਰਦਾ ਸੀ ਦਿੱਲੀ ਵਾਲਿਆਂ ਦੇ ਦਿਲ ਸੀ ਕੰਬ ਜਾਂਦੇ ਉਹ ਦਿੱਲੀ ਕੁਚੋਂ ਤੂੰ ਰੋਕਿਆ ਨਹੀਂ ਰੁਕਣਾ ਕਹਿੰਦਾ ਇੰਨਾ ਏ ਤੇਜ ਤੂਫਾਨ ਉਹਦਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਜੋਧਾ ਸਰੀਰਕ ਮੌਤ ਨੂੰ ਦਾਸ ਹੈ ਮੌਤ ਮੰਨਦਾ ਜ਼ਮੀਰ ਮਰਨੀ ਯਕੀਨ ਹੈ ਮੌਤ ਸਿੰਘੋ ਜਿਹੜੀ ਕੌਮ ਨੀ ਅਣਖ ਦੇ ਨਾਲ ਜਿਉਂਦੀ ਦੁਨੀਆਂ ਵਿੱਚ ਨਾ ਉਸ ਦਾ ਖੌਫ ਸਿੰਘੋ ਉਹ ਇੰਨੇ ਜੋਸ਼ ਨਾਲ ਸਿੱਖੀ ਪ੍ਰਚਾਰ ਕਰਦੇ ਪਾਉਂਦਾ ਮੁਰਦਿਆਂ ਵਿੱਚ ਸੀ ਜਾਨ ਯੋਧਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਯੋਧਾ ਸਦਾ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਤੇਰੇ ਤਰ੍ਹਾਂ ਤੋਂ ਮੰਗਾ ਹਰ ਵੇਲੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਉਹ ਸਿੱਖ ਕੌਮ ਵਿੱਚ ਜੇਕਰ ਹੋਈ ਗੈਰਤ ਕੋਈ ਭੁੱਲ ਨਾ ਸਕੂ ਅਹਿਸਾਨ ਉਹਦਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ ਯੋਧਾ ਕਰਦਾ ਉਹਦੇ ਰਸਤੇ ਨੂੰ ਕਰੋ ਅਖਤਿਆਰ ਸਿੰਘੋ ਖੰਡੇ ਬਾਟੇ ਦੀ ਪਾਲ ਨੂੰ ਛੱਕ ਕੇ ਤੇ ਹੋ ਜਾਵੋ ਖਤਿਆਰ ਪਰ ਤਿਆਰ ਸਿੰਘੋ ਉਹ ਪਿੰਡਰਾ ਬਾਰੇ ਨੂੰ ਕਦੇ ਨਹੀਂ ਭੁੱਲ ਸਕਦੇ ਰਾਹ ਤੱਕ ਦਾ ਸਾਰਾ ਜਹਾਨ ਉਹਦਾ ਜਿਸ ਦੀ ਗਰਜ ਤੋਂ ਦਿੱਲੀ ਪਈ ਕੰਬਦੀ ਸੀ ਜਦ ਮੈਂ ਰੋਡਿਆਂ ਦੇ ਵਿੱਚ ਮਹਾਨ